ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਦੈਨਿਕ ਉਜਾਲਾ ਦੇ ਵਿੱਚ ਤੁਹਾਡਾ ਸਵਾਗਤ। ਦੋਸਤੋ, ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇੱਕ ਵਾਰੀ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਕਿ ਤੁਹਾਡੇ ਕੋਲ ਸਾਡੇ ਇਸ ਚੈਨਲ ਦੀ ਹਰ ਖਬਰ ਆਸਾਨੀ ਨਾਲ ਪਹੁੰਚ ਸਕੇ, ਅਤੇ ਚੈਨਲ ਨੂੰ ਲਾਈਕ ਕਰਨਾ ਵੀ ਨਾ ਭੁੱਲਿਓ। ਹਾਂ, ਅਤੇ ਦੋਸਤੋ, ਅਸੀਂ ਅੱਜ ਗੱਲ ਕਰਾਂਗੇ ਪੰਜਾਬੀ ਸ਼ੋਰਟ ਮੂਵੀ 2020 ਪੰਜਾਬ ਦੀ ਜਵਾਨੀ, ਜੋ ਕਿ ਨਸ਼ਿਆਂ ਦੇ ਆਧਾਰਿਤ ਬਣਾਈ ਗਈ ਹੈ, ਅਤੇ ਇਸ ਦਾ ਪੋਸਟਰ ਰਿਲੀਜ਼ ਕੀਤਾ ਗਿਆ ਚੰਡੀਗੜ੍ਹ ਨਾਢਾ ਸਾਹਿਬ ਗੁਰਦੁਆਰੇ ਵਿਖੇ। ਅਤੇ ਇਸ ਪੋਸਟਰ ਨੂੰ ਰਿਲੀਜ਼ ਕੀਤਾ ਹੈ ਪੰਜਾਬ ਦੇ ਕਾਮੇਡੀ ਕਿੰਗ ਕਰਮਜੀਤ ਅਨਮੋਲ ਜੀ ਨੇ। ਅਤੇ ਪੋਸਟਰ ਰਿਲੀਜ਼ ਕਰਦੇ ਸਮੇਂ ਕਰਮਜੀਤ ਅਨਮੋਲ ਜੀ ਨੇ ਇੱਕ ਮੈਸੇਜ ਦਿੱਤਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਲਓ ਦੈਨਿਕ ਉਜਾਲਾ ਨੂੰ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਰੋਨਾ ਵਾਇਰਸ ਦੇ ਵਿੱਚ ਕਾਫੀ ਕਾਰੋਬਾਰ ਬੰਦ ਹੋਏ ਨੇ, ਅਤੇ ਇਹਦੇ ਕੁਛ ਸਮੇਂ ਦੇ ਵਿੱਚ ਸਾਡੇ ਕੋਲ ਦੋਸਤ ਆ, ਉਹਨਾਂ ਨੇ ਪੰਜਾਬੀ ਸ਼ੋਰਟ ਮੂਵੀ 2020 ਜਵਾਨੀ ਬਣਾਈ ਹੈ, ਅਤੇ ਉਹਦੇ ਰਿਲੀਜ਼ ਵਾਸਤੇ ਪੰਜਾਬ ਦੇ ਕਮੇਡੀਅਨ ਕਿੰਗ, ਜਿਨ੍ਹਾਂ ਨੇ ਪੂਰੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਧੁੰਮਾਂ ਮਚਾਈਆਂ ਹੋਈਆਂ ਕਿ ਪੰਜਾਬੀ ਸਾਡਾ ਲੋਕ ਇਹਨਾਂ ਨੂੰ ਜਾਣਦੇ, ਪੂਰੇ ਵਰਲਡ ਦੇ ਵਿੱਚ ਬੱਚਾ ਬੱਚਾ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਜਦੋਂ ਕਿਤੇ ਆ ਜਾਂਦੇ ਨੇ ਅਤੇ ਰਸ਼ ਪੈ ਜਾਂਦਾ ਲੋਕਾਂ ਦਾ। ਅਤੇ ਅੱਜ ਅਸੀਂ ਤੁਹਾਡਾ ਕੋਲੋਂ ਆਪਣਾ ਜਿਹੜਾ ਪੋਸਟਰ ਰਿਲੀਜ਼ ਕਰਾਇਆ ਮੂਵੀ ਦਾ, ਅਤੇ ਸਭ ਤੋਂ ਪਹਿਲਾਂ ਤਾਂ ਆਪਣੇ ਕਰਮਜੀਤ ਅਨਮੋਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਆ ਮੂਵੀ ਦਾ ਪੋਸਟਰ ਰਿਲੀਜ਼ ਕੀਤਾ, ਅਤੇ ਇਹਦੇ ਬਾਰੇ ਕੁਝ ਆਪਣੇ ਵਿਚਾਰ ਤੁਸੀਂ। ਮਿਹਰਬਾਨੀ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ, ਅਸੀਂ ਨਾਢਾ ਸਾਹਿਬ ਦੀ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਇਹ ਭਾਜੀ ਹੁਣੀ ਮੇਰੇ ਕੋਲ ਆਏ, ਮੇਰੀ ਫਿਲਮ ਕੋਈ ਪੰਜਾਬ ਦੀ ਜਵਾਨੀ ਪੜ੍ਹਨ ਚਾਹੀਦੀ। ਸੋ ਨਸ਼ਿਆਂ ਦੇ ਉੱਤੇ ਹੈ ਕਿ ਕਿਵੇਂ ਪੰਜਾਬ ਵਿੱਚ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਗਲਤ ਰਹੀ ਹੈ। ਸੋ ਉਹਦਾ ਪੋਸਟਰ ਮੈਂ ਤੁਹਾਨੂੰ ਰਿਲੀਜ਼ ਕਰਾਉਣ ਆਏ ਨੇ, ਔਰ ਮੈਨੂੰ ਖੁਸ਼ੀ ਹੁੰਦੀ ਜਦੋਂ ਕੋਈ ਇੱਦਾਂ ਦੇ ਕੋਈ ਚੰਗੇ ਕੌਜ਼ ਦੇ ਲਈ ਕੋਈ ਮਤਲਬ ਸ਼ੁਰੂਆਤ ਕਰਨੀ ਹੋਵੇ ਜਾਂ ਕੋਈ ਉਸਨੂੰ ਹੈਲਪ ਕਰਨੀ ਹੋਵੇ, ਤਾਂ ਮੈਨੂੰ ਚੰਗਾ ਲੱਗਦਾ, ਕਿਉਂਕਿ ਜਿਹੜੀਆਂ ਚੀਜ਼ਾਂ ਸਾਡੇ ਸਮਾਜ ਨੂੰ ਸੇਧ ਹੈ ਉਹ ਹਮੇਸ਼ਾ ਵੱਧ ਚੜ੍ਹ ਕੇ ਉਹਨਾਂ 'ਚ ਹਿੱਸਾ ਲੈਣਾ ਚਾਹੀਦਾ, ਅਤੇ ਮੇਰੀ ਵੀ ਇਹ ਕੋਸ਼ਿਸ਼ ਹੈ ਕਿ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਔਰ ਪੰਜਾਬ ਦੀ ਜਵਾਨੀ ਨੂੰ ਸਹੀ ਰਾਹ ਦੇ ਉੱਤੇ ਲਿਆਉਣ, ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ, ਮੇਰਾ ਇਹੀ ਮਕਸਦ ਹੈ ਇਸ ਰਿਲੀਜ਼ ਕਰਨ ਦਾ। ਮਿਹਰਬਾਨੀ, ਔਰ ਤੁਹਾਨੂੰ ਸਾਰੀ ਟੀਮ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਹੈ ਜੀ ਤੁਹਾਡਾ ਆਪਣਾ ਦਿਲਜੀਤ ਮਾਲਾ। ਹਾਂਜੀ ਦੋਸਤੋ, ਅੱਜ ਅਸੀਂ ਚੰਡੀਗੜ੍ਹ ਪਹੁੰਚੇ ਹਾਂ ਜੀ ਆਪਣੀ ਫਿਲਮ ਦਾ ਪੋਸਟਰ ਰਿਲੀਜ਼ ਕਰਨ ਵਾਸਤੇ। ਬਹੁਤ ਹੀ ਪਿਆਰੇ ਕਲਾਕਾਰ ਤੁਸੀਂ ਫਿਲਮਾਂ ਦੇ ਵਿੱਚ ਉਹਨਾਂ ਨੂੰ ਵੇਖਦੇ ਰਹਿੰਦੇ ਹੋ, ਕਿਉਂਕਿ ਉਹਨਾਂ ਤੋਂ ਬਗੈਰ ਕੋਈ ਪੰਜਾਬ ਦੀ ਫਿਲਮ ਚੱਲਦੀ ਵੀ ਨਹੀਂ ਆ। ਅੱਜ ਸਾਡੇ ਜਿਹੜਾ ਪੋਸਟਰ ਰਿਲੀਜ਼ ਕਰ ਰਹੇ ਆ ਜੀ ਕਰਮਜੀਤ ਅਨਮੋਲ ਜੀ, ਸਾਡੀ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਜੀ 2020 ਪੰਜਾਬ ਦੀ ਜਵਾਨੀ ਦਾ। ਇਹਦੇ ਵਿੱਚ ਬਹੁਤ ਹੀ ਪਿਆਰਾ ਮੈਸੇਜ ਦਿੱਤਾ ਗਿਆ ਨਸ਼ਿਆਂ 'ਤੇ, ਜਿਨ੍ਹਾਂ ਦੇ ਬੱਚੇ ਨਸ਼ੇ ਕਰਦੇ ਆ, ਘਰ ਬਰਬਾਦ ਹੋ ਜਾਂਦੇ ਆ, ਜਿਨ੍ਹਾਂ ਦੇ ਬੱਚੇ ਆਪਣੀ ਚੜ੍ਹਦੀ ਜਵਾਨੀ ਦੇ ਵਿੱਚ ਆਪਣੀ ਜ਼ਿੰਦਗੀ ਆਪਣੀ ਲਾਈਫ ਬਰਬਾਦ ਕਰ ਜਾਂਦੇ ਆ, ਉਹਨਾਂ ਦੇ ਮਾਪੇ ਪਿੱਛੇ ਕੀ ਕਰਦੇ ਆ। ਇਹਦੇ ਵਿੱਚ ਜਿਹੜਾ ਮੈਂ ਕਰੈਕਟਰ ਪਲੇ ਕੀਤਾ, ਮੈਨੂੰ ਉਹ ਕਰੈਕਟਰ ਪਲੇ ਕਰਨ ਵਿੱਚ ਵੀ ਇੰਨਾ ਹੋ ਰਿਹਾ ਸੀਗਾ ਵੀ ਜਿਹੜੇ ਬੱਚੇ ਨਸ਼ੇ ਕਰਦੇ ਆ ਉਹਨਾਂ ਦੇ ਪਰਿਵਾਰਾਂ 'ਤੇ ਕੀ ਬੀਤਦਾ ਹੋਊਗਾ, ਕੀ ਹੁੰਦਾ ਹੋਊਗਾ, ਉਹਨਾਂ ਦੇ ਮਾਪੇ ਕਿਸ ਤਰ੍ਹਾਂ ਬਾਅਦ ਦੇ ਵਿੱਚ ਗੁਜ਼ਾਰਾ ਕਰਦੇ ਜਿਨ੍ਹਾਂ ਦੀ ਜ਼ਿੰਦਗੀ ਖਤਮ ਹੋਈ ਜੀ ਨਸ਼ੇ ਕਰਕੇ। ਇਹਦੇ ਵਿੱਚ ਬਹੁਤ ਪਿਆਰਾ ਮੈਸੇਜ ਦਿੱਤਾ ਗਿਆ ਜੀ, ਅਤੇ ਸਾਡੀ ਫਿਲਮ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ, ਕਿਉਂਕਿ ਅੱਜ ਸਾਡਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਸਾਡੇ ਸਰ, ਸਾਡੇ ਸੀਨੀਅਰ ਆਪਣੇ ਕਰਮਜੀਤ ਅਨਮੋਲ ਜੀ, ਜਿਨ੍ਹਾਂ ਨੇ ਸਾਡਾ ਪੋਸਟਰ ਰਿਲੀਜ਼ ਕੀਤਾ ਜੀ, ਅਸੀਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ। ਥੈਂਕ ਯੂ, ਸ਼ੁਕਰੀਆ, ਮਿਹਰਬਾਨੀ। ਤੁਹਾਡਾ ਵੀ ਬਹੁਤ ਬਹੁਤ ਥੈਂਕਸ। ਸਾਡੇ ਪੋਸਟਰ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ, ਫਿਲਮ ਨੂੰ ਸਪੋਰਟ ਕਰਿਓ ਜੀ, ਸ਼ੇਅਰ ਲਾਈਕ ਕਮੈਂਟਸ ਦੇ ਵਿੱਚ ਵੀ ਜ਼ਰੂਰ ਦੱਸਣਾ ਇਹ ਸਾਡੀ ਮੂਵੀ ਕਿਵੇਂ ਦੀ ਲੱਗੀ। ਥੈਂਕ ਯੂ।